ਕਮਿਸ਼ਨਰ ਹਸਪਤਾਲ ਅੰਮ੍ਰਿਤਸਰ ਦੇ ਮਕਬੂਲ ਏਰੀਆ ਮਕਬੂਲਪੁਰਾ ਏਰੀਆ ਦੇ ਬੈਕਸ ਹੈਗੇ ਕੁਛ ਕੋਆਰਡੀਨੇਟਸ ਦਾ ਪ੍ਰੈਸ਼ਨ ਕਰਾਇਆ ਗਿਆ ਜਿਹੜਾ ਸਾਡਾ ਕਮਿਸ਼ਨਰ ਦਾ ਪ੍ਰੈਸ਼ਨ ਹੈ ਸਟੇਟ ਵਾਈਡ ਪ੍ਰੈਸ਼ਨ ਚੱਲ ਰਿਹਾ ਕਿਉਂਕਿ ਅਸੀਂ ਡਰੱਗ ਪੈਡਲਰ ਡਰੱਗ ਸਪਲਾਇਰਸ ਦੇ ਖਿਲਾਫ ਸਖ਼ਤ ਮੁਹਿੰਮ ਡੀ ਜੀ ਪੀ ਸਾਹਿਬ ਦੇ ਹੁਕਮਾਂ ਨਾਲ ਚਲਾਈ ਜਾ ਰਹੀ ਹੈ ਇਸ ਪ੍ਰੋਗਰਾਮ ਤਹਿਤ ਕਾਫੀ ਸਾਰੀ ਕਮਿਸ਼ਨਰੇਟ ਦੀ ਫੋਰਸ ਲਗਾਈ ਗਈ ਅਤੇ ਅਸੀਂ ਪੂਰੇ ਏਰੀਆ ਨੂੰ ਕੋਡਨ ਕਰਕੇ ਉਹਨੂੰ ਸਰਚ ਕੀਤਾ ਸਰਚ ਦੌਰਾਨ ਕੁਛ ਉਪਲਬਧੀਆਂ ਵੀ ਹੋਈਆਂ ਜਿੱਦਾਂ ਹੀਰੋਇਨ ਬਰਾਮਦ ਹੋਈ ਹੈ 10 ਗ੍ਰਾਮ ਦੇ ਕਰੀਬ 9 ਦੇ ਕਰੀਬ ਸਸਪੈਕਟ ਪਰਸਨ ਹੈਗੇ ਜਿਨ੍ਹਾਂ ਦੀ ਕੋਸ਼ਿਸ਼ ਚੱਲ ਰਹੀ ਹੈ ਕੁਛ ਗੱਡੀਆਂ ਜਿਹੜੀਆਂ ਸ਼ੱਕ ਪੈਦਾ ਕਰਦੀਆਂ ਜਿੱਦਾਂ ਨੰਬਰ ਪਤਾ ਜਾਂ ਡਾਊਟ ਲੈ ਗਏ 4-5 ਜਿੱਦਾਂ ਦੇ ਵਹੀਕਲ ਲੈ ਗਏ ਬਾਕੀ ਫਰੂਕੀ ਸਰ ਨੇ ਰਿਪੋਰਟ ਕੀਤਾ ਹੈ ਕਿ ਜਿਹੜੇ ਵੀ ਬੰਦੇ ਇੱਥੇ ਮਿਲਦੇ ਹੈ ਜਿਨ੍ਹਾਂ ਦੇ ਵਾਰ ਵਾਰ ਕ੍ਰਾਈਮ ਦਾ ਰਿਕਾਰਡ ਹੈ ਉਹਨਾਂ ਨੂੰ ਅਸੀਂ ਡੇਟਾਬੇਸ ਤਿਆਰ ਕਰਾਂਗੇ ਅਤੇ ਉਹਨਾਂ 'ਤੇ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਏਗੀ ਇਸ ਤੋਂ ਇਲਾਵਾ ਸਰ ਹੁਣੀ ਪੁਆਇੰਟ ਆਊਟ ਕਰ ਰਹੇ ਸੀ ਵੀ ਇਸ ਏਰੀਏ ਨੂੰ ਜਿਹੜਾ ਅਫੈਕਟਡ ਏਰੀਆ ਹੁੰਦਾ ਉੱਥੇ ਰੀਹੈਬਲੀਟੇਸ਼ਨ ਦੀ ਡਰੱਗ ਜਿਹੜੇ ਲੈ ਰਹੇ ਆ ਉਹਨਾਂ ਦੇ ਵੈਲਫੇਅਰ ਦੀ ਵੀ ਲੋੜ ਹੈ ਅਤੇ ਇੱਥੇ ਡਰੱਗਜ਼ ਨਾ ਵਿਕਣ ਉਹਦੇ 'ਤੇ ਵੀ ਕਾਰਵਾਈ ਕੀਤੀ ਜਾਵੇ ਉਸਦੇ ਲਈ ਅਸੀਂ ਡੀ ਸੀ ਸਾਹਿਬ ਅਤੇ ਜਿਹੜੇ ਮਿਊਂਸੀਪਲ ਕਮਿਸ਼ਨਰ ਹੈ ਉਹਨਾਂ ਨਾਲ ਪਲਾਨ ਕਰਕੇ ਇਹਨੂੰ ਏਰੀਏ ਨੂੰ ਕਿੱਦਾਂ ਇੰਪਰੂਵ ਕੀਤਾ ਜਾਵੇ ਇਸ ਬਾਰੇ ਵੀ ਧਿਆਨ ਦੇਵਾਂਗੇ ਸਰ ਥੈਂਕ ਯੂ ਬੜੀ